ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ 7 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਦੱਸਦੇ ਕਿ ਟਰਾਲੇ ਦਾ ਟਾਇਰ ਬੱਚੀ ਦੇ ਸਿਰ ਉੱਪਰੋਂ ਦੀ ਲੰਘ ਗਿਆ ਔਰ ਖੋਪੜੀ ਦੇ ਕਈ ਟੁਕੜੇ ਹੋ ਗਏ। ਤਾਂ ਦੱਸਦੇ ਕਿ ਇਹ ਬੱਚੀ ਆਪਣੇ ਮਾਪਿਆਂ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਪਿੱਛੋਂ ਆ ਰਹੇ ਟਰੱਕ ਨੇ ਜ਼ੋਰਦਾਰ ਸਾਈਡ ਮਾਰੀ ਜਿਸ ਦੇ ਨਾਲ ਇਹ ਥੱਲੇ ਡਿੱਗ ਪਏ ਔਰ ਇੱਕ ਟਾਇਰ 7 ਸਾਲ ਦੀ ਮਾਸੂਮ ਬੱਚੀ ਦੇ ਉੱਪਰੋਂ ਦੀ ਲੰਘ ਗਿਆ। ਥਾਈ ਉਸ ਬੱਚੀ ਦੀ ਜਾਨ ਚਲੀ ਗਈ। ਜਲੰਧਰ ਅੰਮ੍ਰਿਤਸਰ ਰੋਡ ਤੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਕਰਤਾਰਪੁਰ ਨਜ਼ਦੀਕ ਦੀਆਂ ਇਹ ਤਸਵੀਰਾਂ ਨੇ। ਜਾਣਕਾਰੀ ਅਨੁਸਾਰ ਇੱਕ ਸਕੂਟੀ ਚਾਲਕ ਵਿਅਕਤੀ ਆਪਣੇ ਪਰਿਵਾਰ ਦੇ ਸਮੇਤ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਮੁੱਖ ਮਾਰਗ ਦੇ ਉੱਤੇ ਕਰਤਾਰਪੁਰ ਦੀ ਤਰਫ ਜਾ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਿਹਾ ਇੱਕ ਅਣਪਛਾਤਾ ਟਰਾਲਾ ਜਿਸ ਦੇ ਵੱਲੋਂ ਟੱਕਰ ਮਾਰੀ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਆਪਣੇ ਮਾਤਾ ਪਿਤਾ ਦੇ ਨਾਲ ਸਕੂਟੀ ਤੇ ਸਵਾਰ 7 ਸਾਲ ਦੀ ਬੱਚੀ ਦੇ ਸਿਰ ਉੱਪਰੋਂ ਟਰਾਲੇ ਦਾ ਟਾਇਰ ਲੰਘ ਗਿਆ ਔਰ ਉਸਦੀ ਖੋਪੜੀ ਦੇ ਕਈ ਟੁਕੜੇ ਹੋ ਗਏ। ਮੌਕੇ ਤੇ SSF ਦੇ ਅਧਿਕਾਰੀ ਪਹੁੰਚੇ ਹੋਏ ਨੇ। ਜ਼ਖਮੀ ਸ਼ਖਸ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਧਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ। ਦੱਸਦੇ ਕਿ ਸਕੂਟੀ ਚਾਲਕ ਨੂੰ ਪਿੱਛੋਂ ਆ ਰਹੇ ਟਰਾਲੇ ਦੇ ਵੱਲੋਂ ਸਾਈਡ ਮਾਰੀ ਗਈ। ਇਸ ਦੌਰਾਨ ਸਕੂਟੀ ਚਾਲਕ ਇੱਕ ਪਾਸੇ ਡਿੱਗ ਪਿਆ ਔਰ ਉਸਦੇ ਨਾਲ ਬੈਠੀ ਮਾਸੂਮ ਬੱਚੀ ਸੜਕ ਤੇ ਡਿੱਗਣ ਕਰਕੇ ਉਸਦੇ ਉੱਪਰੋਂ ਟਰਾਲੇ ਦਾ ਟਾਇਰ ਲੰਘ ਗਿਆ। ਟਰਾਲੇ ਵਾਲਾ 2 ਮਿੰਟ ਰੁਕਿਆ ਤੇ ਫਿਰ ਉੱਥੋਂ ਫਰਾਰ ਹੋ ਗਿਆ। ਤਾਂ ਮੌਕੇ ਤੇ ਪੁੱਜੀ SSF ਦੀ ਟੀਮ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਭਾਜੀ ਇਹ ਕਿ ਇਹ ਆਪਣੇ ਸਿੱਧੇ ਰਾਹ ਜਾ ਰਹੇ ਸੀ, ਪਿੱਛੋਂ ਟਰਾਲਾ ਆਇਆ, ਉਹਨੇ ਪਿੱਛੋਂ ਸਾਈਡ ਮਾਰੀ ਹੈ, ਸਾਈਡ ਵੱਜੀ ਤੇ ਬੰਦਾ ਇੱਧਰ ਡਿੱਪਿਆ, ਸਾਈਡ ਦੇ ਕੁੜੀ ਦੇ ਉੱਪਰੋਂ ਮਗਰਲਾ ਟਾਇਰ ਲੰਘ ਗਿਆ ਉਹਦਾ। ਉਹਨੇ 2 ਮਿੰਟ ਰੁਕਿਆ ਤੇ ਫਿਰ ਭਜਾ ਕੇ ਲੈ ਗਿਆ। ਹਾਂਜੀ, ਸੰਗਤ ਲੱਦੀ ਸੀ, ਹਾਂ, ਘੋੜਾ 18 ਡੈਰੀ ਇਹ ਸਕੂਟਰੀ ਦੇ ਆ ਰਹੇ ਜੀ, ਇੱਧਰੋਂ ਹੀ ਆ ਰਹੇ ਸੀ ਦੋਵੇਂ, ਉਹ ਵੀ ਉਧਰੋਂ ਆ ਰਿਹਾ ਸੀ, ਉਹਨੇ ਪਿੱਛੋਂ ਮਾਰਿਆ ਦੇ, ਤੇਜ਼ ਸੀਗਾ ਟਰਾਲੇ ਵਾਲਾ। ਤੁਸੀਂ ਨਾਲ ਹੀ ਦੇਖਿਆ ਤੁਸੀਂ? ਮੈਂ ਮੌਕੇ ਤੇ ਦੇਖਿਆ, ਮੈਂ ਖਰੋਤਾ ਆ ਗਿਆ, ਮੈਂ ਪਹਿਲਾਂ ਬੰਦਾ ਚੱਕ ਕੇ, ਬੰਦਾ ਵੀ ਸੀਰੀਅਸ ਆ। ਠੀਕ ਹੈ, ਹਾਂਜੀ, ਤੇ ਹੁਣ ਆ ਗਈ ਪੁਲਿਸ ਮੌਕੇ ਤੇ? ਓਕੇ, ਹਾਂਜੀ, ਮੌਕੇ ਤੇ ਆ ਗਈ। ਇੱਕ ਡੈਥ ਹੋ ਗਈ ਹੈ? ਇੱਕ ਮੌਕੇ ਤੇ ਹੋ ਗਈ ਜੀ, ਟਰਾਲੇ ਦਾ ਟਾਇਰ ਲੰਘ ਗਿਆ ਉਹ ਤੋਂ। ਆਹ ਬਈ ਜੀ, ਇੱਕ ਗੁੜੀਆ, ਹਾਂ, ਉਹ ਓਨਲੀ ਸਪੋਟ ਡੈਡ ਹੋ ਗਈ। ਹਾਂਜੀ ਹਾਂਜੀ, ਇੱਕ ਗੁੜੀਆ ਡੈਥ ਹੋ ਗਈ। ਹਾਂਜੀ, ਓਨਲੀ ਸਪੋਟ ਹੀ ਹੋ ਗਈ, ਟਾਇਰ ਚੜ ਗਿਆ ਦੇ ਉੱਪਰੋਂ, ਬਾਕੀ ਫਾਦਰ ਵੀ ਅਜੇ ਸੀਰੀਅਸ ਆ, ਉਹਦਾ ਵਾਈਫ ਉਹਦੇ ਸੱਟ ਕਾਫੀ ਲੱਗੀ। ਲੋਕ ਲੈ ਗਏ ਇੱਥੋਂ? ਲੋਕ ਹੀ ਲੱਗਦੇ ਜੀ, PP08 ਨੰਬਰ ਆ, ਲੋਕ ਹੀ ਲੱਗਦੇ ਆ। ਮੈਂ ਲੋਕ ਲੈ ਗਏ ਇੱਥੋਂ ਉਹਨਾਂ ਨੂੰ ਹਸਪੀਟਲ? ਹਾਂਜੀ ਹਾਂਜੀ, ਉਹ ਲੈ ਗਏ ਜੀ, ਪਹੁੰਚਾਤੇ ਜੀ, ਭੇਜਤੇ ਆ ਸਿਵਲ ਹਸਪੀਟਲ ਕਰਤਾਰਪੁਰ। ਸਾਨੂੰ ਰਾਹ ਕਿ ਦੱਸਿਆ ਵੀ ਐਕਸੀਡੈਂਟ ਅੱਜ ਹੋਇਆ ਆਪਣੇ ਨਵਾਂ ਪੁਲ ਬਣ ਰਿਹਾ ਸਰਾਏ ਖਾਸ ਲਾਗੇ, ਤੇ ਅਸੀਂ 1 ਮਿੰਟ ਵਜੇ ਪਹਿਲਾਂ ਪਹੁੰਚ ਗਏ ਇੱਥੇ। ਜਦੋਂ ਇੱਥੇ ਆਏ ਤਾਂ ਬੱਚੇ ਦੀ ਡੈਥ ਹੋ ਚੁੱਕੀ ਆ, ਤੇ ਜਿਹਦਾ ਆਪਣਾ ਬੱਚੇ ਦਾ ਡੈਡੀ ਸੀਗਾ ਉਹਦੇ ਕਾਫੀ ਸੱਟਾਂ ਲੱਗੀਆਂ, ਉਹ ਸਿਵਲ ਹਸਪਤਾਲ ਕਰਤਾਰਪੁਰ ਪਹੁੰਚਾ ਦਿੱਤਾ ਗਿਆ ਆ, ਤੇ ਹੁਣ IU ਨੂੰ ਬੁਲਾ ਦਿੱਤਾ ਜੀ, ਤੇ IU ਆ ਕੇ ਅਗਲੀ ਕਾਰਵਾਈ ਸ਼ੁਰੂ ਕਰੂਗਾ ਜੀ। ਜੋ ਪਤਾ ਲੱਗਾ ਟਰਾਲੀ ਦੇ ਨਾਲ ਫੇਟ ਵਰ ਗਿਆ ਜੀ। ਕਾਦੇ ਉੱਤੇ ਸਵਾਰ ਸੀਗੇ? ਇਹ ਐਕਟਿਵਾ ਸਵਾਰ ਸੀਗੇ ਜੀ। ਕਿਹੜੇ ਪਿੰਡ ਦੇ ਆ, ਕੀ ਨਾਮ ਹੈ ਚੱਲ ਰਿਹਾ? ਇਹ ਧੰਨਵਾਲ ਦੇ ਆ ਜੀ, ਇੰਦਰਜੀਤ ਸਿੰਘ ਧੰਨਵਾਲ ਦੇ ਆ ਜੀ। ਤੇ ਅੱਗੇ ਜਾਂਚ ਪਤਾ ਚੱਲ ਰਹੀ ਹੈ ਕਿ ਪਤਾ ਕਰਦੇ ਕਿੱਥੇ ਦੇ ਆ ਜੀ। ਤੱਕ ਬੱਚੇ ਦਾ ਨਾਮ ਕੀ ਆ? ਇਹਦਾ ਨਾਮ ਹੈਗਾ ਜੀ ਸੰਦੀਪ ਸਹਿਜ। ਸਹਿਜ ਸਹਿਜ, ਠੀਕ ਹੈ। ਤੇ ਇਹ ਸਰ ਕਿਹੜਾ ਥਾਣਾ ਪੈਂਦਾ ਜੀ? ਇਹ ਥਾਣਾ ਕਰਤਾਰਪੁਰ ਦੇ ਵਿੱਚ ਪੈਂਦਾ ਜੀ। ਠੀਕ ਹੈ, ਤੇ ਇਹ ਲੋਕੇਸ਼ਨ ਕੀ ਹੈਗੀ ਹੈ ਜੀ? ਇਹ ਲੋਕੇਸ਼ਨ ਸਰਾਏ ਖਾਸ ਹੈ ਜੀ, ਇਹ ਪੁਲ ਨਵਾਂ ਬਣ ਰਿਹਾ ਉਹਦੇ ਲੱਗੇ ਜੀ। ਕਿੰਨੇ ਫੇਟ ਮਾਰੀ ਇਹਨਾਂ ਨੂੰ? ਇਹ ਟਰਾਲਾ ਫੇਟ ਮਾਰ ਗਿਆ, ਦੱਸਦੇ ਜੀ, ਪਬਲਿਕ ਦੱਸ ਰਹੀ ਟਰਾਲਾ ਫੇਟ ਮਾਰ ਗਿਆ, ਪੱਕੀ ਤਫਤੀਸ਼ ਕਰ ਰਹੇ, ਦੇਖ ਰਹੇ ਕਿ ਸਰ ਕੋਈ ਇਹਦੇ ਵਾਸਤੇ ਕਿਹਾ ਗਿਆ ਅੱਗੇ ਵੀ ਇਹਨੂੰ ਚੱਕਰ ਨੂੰ? ਹਾਂਜੀ, ਅੱਗੇ ਨੋਟ ਕਰਤਾ ਪਤੂਲ ਪਲਾਜੇ ਤੇ ਵੀ IU ਨੂੰ ਨੋਟ ਕਰਤਾ, ਥਾਣੇ ਵੀ ਨੋਟ ਕਰਤਾ। ਫੇਟ ਮਾਰ ਕੇ ਚਲ ਗਿਆ ਉਹ? ਹਾਂਜੀ, ਉਹ ਚਲੇ ਗਿਆ ਜੀ।
ਪਰਿਵਾਰਕ ਮੈਂਬਰ ਆਏ ਸਿਵਲ ਹਸਪਤਾਲ ਭੇਜਤਾ ਜੀ। ਠੀਕ ਹੈ, ਹਾਂਜੀ ਹਾਂਜੀ, ਜਾਂਚ ਚੱਲ ਰਹੀ ਹੈ ਜੀ।